ਜਦੋਂ ਮੈਂ ਆਪਣੇ ਬਾਜ਼ਾਰ ਨੂੰ ਐਂਟਰ ਕੀਤਾ ਤੇ 10 12 ਪੋਸਟਰ ਇਹੋ ਹੀ ਲੱਗੇ ਤੇ ਮੈਂ ਆਪ ਦੇਖ ਕੇ ਚੀਜ਼ ਨੂੰ ਹੈਰਾਨ ਹੋ ਗਿਆ। ਗੁਰੂ ਨਗਰੀ ਅਸੀਂ ਇਹਨੂੰ ਕਹਿੰਦੇ ਆ ਸਿਫਤੀ ਦਾ ਘਰ ਮੰਨਿਆ ਜਾਂਦਾ ਕਿ ਜਿਹੜਾ ਕਿ ਹੁਣ ਨਸ਼ੇ ਦਾ ਘਰ ਬਣ ਕੇ ਰਹਿ ਗਿਆ। ਇੱਥੇ ਤੇ ਰਾਤੀ 12 ਵਜੇ ਹੱਥ ਲਾਈਆਂ ਕੁੜੀਆਂ ਮੈਲੀਆਂ ਹੋਣ ਵਾਲੀਆਂ ਵੀ ਆਉਂਦੀਆਂ ਜੇ, ਕਿਉਂਕਿ ਜਿਹਨੇ ਨਸ਼ਾ ਕਰਨਾ ਉਹਨੇ ਲੁੱਟਾਂ ਖੋਹਾਂ ਵੀ ਕਰਨੀਆਂ, ਕੰਮ ਕਾਰ ਤੇ ਹੈ ਨੀ ਲੋਕਾਂ ਦੇ ਭਾਈ, ਸਭ ਕੁਛ ਪਤਾ। ਪੁਲਿਸ ਦੇ ਬਿਨਾਂ ਤੇ ਕਹਿੰਦੇ ਮਹੱਲੇ ਦਾ ਪੱਤਾ ਨਹੀਂ ਹਿਲਦਾ ਹੈਗਾ, ਤੇ ਨਸ਼ਾ ਵੇਖੋ ਨਾ ਕਿੰਨਾ ਤੜਾ ਤੜ ਵਿਕਦਾ ਪਿਆ ਹੈ। ਘਰ ਦੇ ਲਾਗੇ ਸਭ ਕੁਛ ਹੈ, ਜਦੋਂ ਇਹ ਸਿੱਕਾ ਸਾਡੇ ਘਰਾਂ ਤੱਕ ਆਏਗਾ ਕੀ ਗੱਲ ਸਾਨੂੰ ਰੋਕ ਲਾਏਗੀ। ਦੀ ਅਰਦਾਸਾਂ ਅਸੀਂ ਬਾਬਾ ਦੀਪ ਸਿੰਘ ਦੇ ਦਰ ਤੇ ਜਾ ਕੇ ਖੰਡੇ ਖੜਕਾਉਣ ਦੀਆਂ ਕਰਦੇ ਹਾਂ, ਤੇ ਖੰਡਾ ਖੜਕਾਉਣਾ ਕਦੋਂ ਹੈ ਤੇ ਭਾਜੀ? ਬੇਫਿਕਰੇ ਹੋ ਕੇ ਨਸ਼ਾ ਵੇਚ ਦੇ, ਸ਼ਰੇਆਮ ਵਿਕਦਾ ਪਿਆ ਤੇ ਲੋਕੀ ਦੁਖੀ ਨੇ। ਬਠਿੰਡਾ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਲੱਗ ਗਏ ਨੇ ਚਿੱਟਾ ਇੱਥੇ ਮਿਲਦਾ ਹੈ ਦੇ ਪੋਸਟਰ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰੂ ਕੀ ਨਗਰੀ ਕਹੀ ਜਾਣ ਵਾਲੀ ਅੰਮ੍ਰਿਤਸਰ ਦੇ ਵਿੱਚ ਸ਼ਰੇਆਮ ਚਿੱਟਾ ਵਿਕਦਾ ਹੈ ਅਤੇ ਨਸ਼ਾ ਤਸਕਰਾਂ ਦੇ ਵੱਲੋਂ ਇੱਥੇ ਬੇਖੌਫ ਚਿੱਟਾ ਵਿੱਚ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ, ਜਿਸ ਤੋਂ ਬਾਅਦ ਹੁਣ ਥੱਕ ਚੁੱਕੇ ਲੋਕਾਂ ਨੇ ਚਿੱਟਾ ਇੱਥੇ ਵਿਕਦਾ ਹੈ ਦੇ ਪੋਸਟਰ ਲਾਉਣੇ ਸ਼ੁਰੂ ਕਰ ਦਿੱਤੇ ਨੇ। ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਲਈ ਰਸਤੇ ਵਿੱਚ ਮੋਨੀ ਚੌਂਕ ਵਿੱਚ ਲਗਾਏ ਗਏ ਨੇ ਇਹ ਪੋਸਟਰ ਅਤੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਨੱਕ ਹੇਠਾਂ ਵਿਕ ਰਿਹਾ ਸ਼ਰੇਆਮ ਚਿੱਟਾ ਅਤੇ ਚਿੱਟਾ ਵੇਚਣ ਵਾਲੇ ਲੋਕਾਂ ਨੂੰ ਪੁਲਿਸ ਦਾ ਵੀ ਕੋਈ ਡਰ ਨਹੀਂ ਹੈ। ਇਸ ਨਾਲ ਹੀ ਪੋਸਟਰ ਦੇ ਵਿੱਚ ਚਿੱਟਾ ਇੱਥੇ ਮਿਲਦਾ ਹੈ ਤੇ ਥੱਲੇ ਲਿਖਿਆ ਗਿਆ ਹੈ ਵੱਲੋਂ ਉਜੜਿਆ ਹੋਇਆ ਪਰਿਵਾਰ। ਇਹ ਵੀਡੀਓ ਸੋਸ਼ਲ ਮੀਡੀਆ ਪੇਜ ਤੇ ਵਾਇਰਲ ਹੋਣ ਤੋਂ ਬਾਅਦ ਇੱਕ ਚਿੰਤਾਜਨਕ ਮਾਮਲਾ ਬਣ ਚੁੱਕਿਆ ਹੈ। ਉਧਰ ਇਸ ਮਾਮਲੇ ਨੂੰ ਲੈ ਕੇ ਜਦੋਂ ਇਲਾਕਾ ਨਿਵਾਸੀਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਸੀ, ਤੁਸੀਂ ਆਪ ਹੀ ਸੁਣ ਲਓ। ਹਾਂਜੀ, ਆਪਣਾ ਨਾਮ ਦੱਸੀ ਕਿਹੜਾ ਇਲਾਕਾ ਜੀ? ਭਾਜੀ ਮੈਂ ਜਪਪ੍ਰੀਤ ਸਿੰਘ ਬੋਲਦਾ ਪਿਆ ਔਰ ਮੈਂ ਮੋਨੀ ਚੌਂਕ ਦਾ ਮੇਨ ਵਾਸੀ ਹਾਂ। ਇਹ ਸਰ ਕੀ ਕਹਿਣਾ ਚਾਹੁੰਦੇ, ਤੁਹਾਡੇ ਇਲਾਕੇ 'ਚ ਪੋਸਟ ਲੱਗੇ ਨੇ ਚਿੱਟਾ ਇੱਥੋਂ ਮਿਲਦਾ ਹੈ, ਉਜੜੇ ਹੋਏ ਪਰਿਵਾਰ? ਭਾਜੀ ਰਾਤੀ ਮੈਂ ਖੁਦ ਇਹ 2 ਵਜੇ ਦੇਖਿਆ ਜਦੋਂ ਮੈਂ ਸ਼ਹੀਦਾਂ ਸਾਹਿਬ ਤੋਂ ਸੇਵਾ ਕਰਕੇ ਆ ਰਿਹਾ ਸੀ ਅਤੇ ਜਦੋਂ ਮੈਂ ਆਪਣੇ ਬਾਜ਼ਾਰ ਨੂੰ ਐਂਟਰ ਕੀਤਾ ਤਾਂ 10-12 ਪੋਸਟਰ ਇਹੋ ਹੀ ਲੱਗੇ ਅਤੇ ਮੈਂ ਆਪ ਦੇਖ ਕੇ ਚੀਜ਼ ਨੂੰ ਹੈਰਾਨ ਹੋ ਗਿਆ ਕਿ ਆਪਾਂ ਕਿਸ ਸਮਾਜ ਦੇ ਵਿੱਚ ਰਹਿ ਰਹੇ ਹਾਂ। 1-2 ਮਿੰਟ ਦਾ ਰਸਤਾ ਸਾਡਾ ਸ਼ਹੀਦਾਂ ਸਾਹਿਬ ਦਾ, 1-2 ਮਿੰਟ ਦਾ ਰਸਤਾ ਸਾਡਾ ਦਰਬਾਰ ਸਾਹਿਬ ਦਾ ਹੈ ਅਤੇ ਗੁਰੂ ਨਗਰੀ ਅਸੀਂ ਇਹਨੂੰ ਕਹਿੰਦੇ ਹਾਂ ਸਿਫਤੀ ਦਾ ਘਰ ਮੰਨਿਆ ਜਾਂਦਾ ਕਿ ਜਿਹੜਾ ਕਿ ਹੁਣ ਨਸ਼ੇ ਦਾ ਘਰ ਬਣ ਕੇ ਰਹਿ ਗਿਆ। ਭਾਅ ਜੀ ਅੰਨੀ ਪਈ ਹੋਈ ਆ, ਤੁਸੀਂ ਦੱਸੋ ਕਿੰਨੇ ਦਾ ਲੈਣਾ ਜੀ? ਸਿੱਧੀ ਜਿਹੜੀ ਗੱਲ, ਇੱਥੇ ਤੇ ਰਾਤੀ 12 ਵਜੇ ਹੱਥ ਲਾਈਆਂ ਕੁੜੀਆਂ ਮੈਲੀਆਂ ਹੋਣ ਵਾਲੀਆਂ ਵੀ ਆਉਂਦੀਆਂ ਜੇ, ਕੀ ਕਹਿਣ ਦਾ ਮਤਲਬ? ਆਪਣੇ ਆਪ 'ਚ ਰੋਣਾ ਆਉਂਦਾ ਕਿ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਅਸੀਂ ਕਰਦੇ ਹਾਂ ਬਾਬਾ ਦੀਪ ਸਿੰਘ ਦੇ ਦਰ 'ਤੇ ਜਾ ਕੇ, ਅਤੇ ਅਰਦਾਸ ਨੂੰ ਅਸੀਂ ਮੁਕੰਮਲ ਕਿਵੇਂ ਕਰਨਾ ਉਹ ਹੁਣ ਸਾਨੂੰ ਇਹ ਨਹੀਂ ਸਮਝ ਆ ਰਹੀ ਸੀ ਅਤੇ ਇਹ ਅੱਜ ਜਦੋਂ ਮੈਂ ਪੜ੍ਹਿਆ ਅਤੇ ਕਿਸੇ ਦਾ ਚਿਰਾਗ ਬੁੱਝਿਆ, ਜਿਹੜਾ ਉਜੜਿਆ ਹੋਇਆ ਪਰਿਵਾਰ ਲਿਖਿਆ ਹੋਇਆ ਜਾਂ ਕਿਸੇ ਦੇ ਘਰ ਦਾ ਕੋਈ ਮਰਿਆ, ਕਿਸੇ ਦੀ ਡੈਥ ਹੋਈ ਹੈ ਅਤੇ ਅਗਲੇ ਦੁਖੀ ਹੋ ਕੇ ਲਿਖ ਕੇ ਗਏ ਨੇ, ਜਿਹੜੇ ਕਿ ਸਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਫਿਰ ਵੀ ਚੁੱਪ ਹਾਂ, ਅਸੀਂ ਨੱਕ ਡੋਬ ਕੇ ਕਿਉਂ ਨਹੀਂ ਮਰ ਜਾਂਦੇ? ਭਾਅ ਜੀ ਲੁੱਟਾਂ ਖੋਹਾਂ ਦੀ ਤੁਸੀਂ ਗੱਲ ਕਰਦੇ ਹੋ, 3-4 ਦਿਨ ਪਹਿਲਾਂ ਦਾਤਰ ਦਿਖਾ ਕੇ ਰਾਤੀ 2 ਵਜੇ ਲੁੱਟੀ ਗਈ ਐਕਟਿਵਾ ਇੱਕ, ਜਿਹੜਾ ਕਿ ਬੰਦਾ ਖੁਦ ਸ਼ਹੀਦਾਂ ਸਾਹਿਬ ਤੋਂ ਆ ਰਿਹਾ ਸੀ ਅਤੇ ਅਸੀਂ ਇਹੋ ਜਿਹੇ ਸਮਾਜ ਦੇ ਵਿੱਚ ਪਲਦੇ ਪਏ ਹਾਂ ਕਿਉਂਕਿ ਜਿਹਨੇ ਨਸ਼ਾ ਕਰਨਾ ਉਹਨੇ ਲੁੱਟਾਂ ਖੋਹਾਂ ਵੀ ਕਰਨੀਆਂ, ਕੰਮ ਕਾਰ ਤਾਂ ਹੈ ਨਹੀਂ ਲੋਕਾਂ ਦੇ, ਹੁਣ ਇਹੋ ਕੰਮ ਹੀ ਕਰਨਗੇ ਨਸ਼ੇ ਦਾ ਨਾਲ ਕੰਮ ਸਾਰਨ ਲਈ। ਪਰ ਇੱਕ ਪਾਸੇ 10 ਕਦਮ ਤੇ ਖਾਣਾ ਵਾ ਜੀ, ਲੱਗਦਾ ਕਿ ਪੁਲਿਸ ਦੀ ਨੱਕ ਦੇ ਹੇਠਾਂ ਤਾਂ ਪੁਲਿਸ ਨੂੰ ਸਭ ਕੁਝ ਪਤਾ ਭਾਈ, ਸਭ ਕੁਛ ਪਤਾ ਹੈ ਪੁਲਿਸ ਦੇ ਬਿਨਾਂ ਤਾਂ ਕਹਿੰਦੇ ਮਹੱਲੇ ਦਾ ਪੱਤਾ ਨਹੀਂ ਹਿਲਦਾ ਹੈਗਾ ਅਤੇ ਨਸ਼ਾ ਵੇਖੋ ਨਾ ਕਿੰਨਾ ਤੜਾ ਤੜ ਵਿਕਦਾ ਪਿਆ ਵੈ। ਇਸ ਪਰੇਸ਼ਾਨੀ ਭਾਅ ਜੀ, ਪਰੇਸ਼ਾਨੀ ਇਹ ਪਰੇਸ਼ਾਨੀ ਦੀ ਗੱਲ ਛੱਡੋ, ਸਾਂਦਾ ਦੇ ਕਹਿਣ ਦਾ ਮਤਲਬ ਨੱਕ ਡੋਬ ਕੇ ਦਿਲ ਕਰਦਾ ਮਰ ਜਾਈਏ, ਘਰ ਦੇ ਲਾਗੇ ਸਭ ਕੁਛ ਹੈ, ਜਦੋਂ ਇਹ ਸਿੱਕਾ ਸਾਡੇ ਘਰਾਂ ਤੱਕ ਆਏਗਾ ਕੀ ਗੱਲ ਸਾਨੂੰ ਉਦੋਂ ਅਕਲ ਆਏਗੀ? ਅਸੀਂ ਕਿਉਂ ਨਹੀਂ ਇਸ ਚੀਜ਼ ਬਾਰੇ ਬੋਲਦੇ ਹੈਗੇ, ਜਦਕਿ ਸਰਕਾਰ ਵੀ ਉੱਤੇ ਹੁਣ ਨੀਡਰ ਲੋਕਾਂ ਦੀ ਆਈ ਹੋਈ ਹੈ, ਸਰਕਾਰ ਵੀ ਕਹਿੰਦੀ ਸਾਨੂੰ ਬੰਦੇ ਦਿਓ ਇੱਦਾਂ ਦੇ, ਅਸੀਂ ਫੜ ਕੇ ਅੰਦਰ ਸੁੱਟੀਏ, ਫਿਰ ਵੀ ਸਾਨੂੰ ਕਿਹੜੀ ਗੱਲ ਦਾ ਡਰ ਹੈਗਾ? ਮੈਨੂੰ ਇਹ ਨਹੀਂ ਸਮਝ ਆਉਂਦੀ, ਅਰਦਾਸਾਂ ਅਸੀਂ ਬਾਬਾ ਦੀਪ ਸਿੰਘ ਦੇ ਦਰ 'ਤੇ ਜਾ ਕੇ ਖੰਡੇ ਖੜਕਾਉਣ ਦੀਆਂ ਕਰਦੇ ਹਾਂ ਅਤੇ ਖੰਡਾ ਖੜਕਾਉਣਾ ਕਦੋਂ ਹੈ? ਤੇ ਭਾਅ ਜੀ ਬੇਫਿਕਰੇ ਹੋ ਕੇ ਨਸ਼ਾ ਵੇਚਦੇ ਪਏ, ਸ਼ਰੇਆਮ ਵਿਕਦਾ ਪਿਆ ਅਤੇ ਲੋਕ ਦੁਖੀ ਨੇ, ਕਿਉਂਕਿ ਇਹਨਾਂ ਦੀ ਹੀ ਦੇਣ ਹੈ ਸਾਰੀ। ਪੁਲਿਸ ਕਿਉਂ ਚੁੱਪ ਹੈ? ਪੁਲਿਸ ਨੂੰ ਵਿੱਚੋਂ ਹਫ਼ਤੇ ਆਉਂਦੇ ਨੇ, ਮਹੀਨੇ ਆਉਂਦੇ ਨੇ, ਪੁਲਿਸ ਤਾਂ ਚੁੱਪ ਹੈ ਕਿਉਂਕਿ ਇਹੋ ਹੀ ਨਸ਼ਾ ਜਦੋਂ ਪੁਲਿਸ ਦੇ ਘਰ ਤੱਕ। ਜ਼ਿਕਰਯੋਗ ਹੈ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਅਤੇ ਅੰਮ੍ਰਿਤਸਰ ਤੋਂ ਨਸ਼ੇ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ, ਜਿਸ ਤੋਂ ਬਾਅਦ ਹੁਣ ਲੋਕਾਂ ਦੇ ਵੱਲੋਂ ਅੰਮ੍ਰਿਤਸਰ ਨੂੰ ਨਸ਼ੇ ਦਾ ਗੜ੍ਹ ਕਿਹਾ ਜਾਣ ਲੱਗ ਪਿਆ ਹੈ।
ਅਤੇ ਅਜਿਹੇ ਦੇ ਵਿੱਚ ਲੋਕਾਂ ਦੇ ਵੱਲੋਂ ਸਿੱਧੇ ਤੌਰ ਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਹੀ ਉਂਗਲਾਂ ਚੁੱਕੀਆਂ ਜਾ ਰਹੀਆਂ ਨੇ। ਹੁਣ ਵੇਖਣਾ ਇਹ ਹੋਵੇਗਾ ਕਿ ਅਜਿਹੇ ਪੋਸਟਰ ਲੱਗਣ ਤੋਂ ਬਾਅਦ ਪ੍ਰਸ਼ਾਸਨ ਇਸ ਮਾਮਲੇ ਬਾਰੇ ਕੀ ਕਾਰਵਾਈ ਕਰਦਾ ਹੈ। ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।